Chamadan. ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਲਾਲ ਕਿਲ੍ਹਾ ਤਾਂ ਕੀ ਕਹਿੰਦੇ ਦਿੱਤਾ ਤਾਂ ਕਹਿੰਦੇ ਸੀਗਾ ਜੀ ਸਾਂਭ ਸੰਭਾਲ ਲਈ। ਆਮ ਫੀਸ ਜਿਹੜੀ 20 ਰੁਪਏ ਸੀ ਉਹ 75 ਰੁਪਏ ਕਰਤੀ। ਬਾਹਰਲਿਆਂ ਲਈ ਤਾਂ ਜਿਹੜੀ ਹੈ ਉਹ ਪਹਿਲਾਂ ਹੀ ਬੜੀ ਬਹੁਤ ਜ਼ਿਆਦਾ ਸੀ। ਫੀਸ ਤਾਂ ਵਧਾਈ ਕਹਿੰਦੇ, ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਵੀ ਗਾਇਬ ਕਰਤਾ। ਦੇਖੋ, ਜੇ ਆਪਾਂ ਲਾਲ ਕਿਲ੍ਹੇ ਦੀ ਗੱਲ ਕਰੀਏ ਜੀ, ਤਾਂ ਲਾਲ ਕਿਲ੍ਹਾ ਸਾਡਾ ਇਤਿਹਾਸ ਹੈ। ਬਹੁਤ ਕੁਛ ਸਮਾਇਆ ਹੋਇਆ ਲਾਲ ਕਿਲ੍ਹੇ ਦੇ ਵਿਹੜੇ ਦੇ ਵਿੱਚ ਜੀ। ਬੜੇ ਉਤਰਾਅ ਚੜਾਅ ਦੇਖੇ ਨੇ। ਇੱਕ ਜ਼ਮਾਨਾ ਉਹ ਸੀ ਜਦੋਂ ਮੁਗਲ ਕਾਲ ਦੇ ਯੁੱਗ ਦੇ ਵਿੱਚ ਮੁਗਲਾਂ ਨੇ ਇਹ ਬਣਵਾਇਆ, ਮੁਗਲਾਂ ਨੇ ਉੱਥੇ ਰਾਜ ਕੀਤਾ, ਔਰ ਇੱਕ ਟਾਈਮ ਉਹ ਆਇਆ ਜੀ ਜਦੋਂ ਸਿੱਖ ਪੰਥ ਨੇ ਜਾ ਚੜ੍ਹਾਈ ਕੀਤੀ ਸੀ, ਔਰ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਜੀ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਵੀ ਲਹਿਰਾਤਾ ਸੀ। ਫਿਰ ਉਹ ਜਿਹੜੀ ਦਿੱਲੀ ਦੀ 30,000 ਕੋਰਟ ਹੈ ਜੀ, ਇਹ 30,000 ਕੋਰਟ ਦਾ ਨਾਂ ਹੀ ਇਸ ਕਰਕੇ ਪਿਆ ਸੀ ਕਿਉਂਕਿ 30,000 ਸਿੰਘਾਂ ਨੇ ਜਾ ਕੇ ਉੱਥੇ ਡੇਰੇ ਲਾਏ ਹੋਏ ਸੀ। ਲੇਕਿਨ ਜਦੋਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ, ਔਰ ਕੁਝ ਹੋਰ ਗੁਰਤਾਮ ਉਹਨਾਂ ਦੀ ਉਸਾਰੀ ਦਾ ਸਵਾਲ ਆਇਆ, ਮੁਗਲਾਂ ਨੇ ਸ਼ਰਤਾਂ ਪ੍ਰਵਾਨ ਕੀਤੀਆਂ ਖਾਲਸਾ ਪੰਥ ਦੀਆਂ, ਅਤੇ ਉੱਥੇ ਫਿਰ ਇਹਨਾਂ ਨੇ ਉਹ ਗੁਰਦੁਆਰਾ ਜਿਹੜੇ ਸੀ ਉਹਨਾਂ ਦੀ ਤਾਮੀਰ ਕਰਵਾ ਕੇ ਵਾਪਸ ਫਿਰ ਜਥੇਦਾਰ ਬਘੇਲ ਸਿੰਘ ਇਹ ਕਹਿ ਕੇ ਤੁਰ ਪਿਆ ਸੀ ਕਿ ਜੇ ਇੱਥੇ ਬੈਠੇ ਰਹੇ ਤਾਂ ਫਿਰ ਅੰਮ੍ਰਿਤਸਰ ਸਾਹਿਬ ਦਾ ਕੀ ਬਣਨਾ, ਅੰਮ੍ਰਿਤਸਰ ਸਾਹਿਬ ਨਹੀਂ ਸੁਣਨਾ ਰਹਿਣਾ ਚਾਹੀਦਾ ਕਿਉਂਕਿ ਉਹ ਸਾਡਾ ਨਿਉ ਜੜ ਹੈ। ਸੋ ਫਿਰ ਉਹ ਟਾਈਮ ਵੀ ਆਇਆ ਜੀ ਜਦੋਂ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਅੰਗਰੇਜ਼ਾਂ ਨੇ ਇਹਦੇ 'ਤੇ ਕਬਜ਼ਾ ਕੀਤਾ, ਫਿਰ ਆਜ਼ਾਦੀ ਦੀ ਲੜਾਈ ਚੱਲੀ, ਮੁਲਕ ਆਜ਼ਾਦ ਹੋਇਆ, ਅਤੇ 15 ਅਗਸਤ 1947 ਨੂੰ ਇਸੇ ਲਾਲ ਕਿਲ੍ਹੇ ਤੋਂ ਅੱਧੀ ਰਾਤ ਨੂੰ ਜਦੋਂ ਯੂਨੀਅਨ ਜੈਕ ਲਾ ਕੇ ਇੰਗਲੈਂਡ ਦਾ ਝੰਡਾ ਅਤੇ ਸਾਡਾ ਤਿਰੰਗਾ ਲਹਿਰਾਇਆ ਸੀ ਜੀ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੋਂ ਕੌਮ ਨੂੰ ਐਡਰੈਸ ਕਰਦੇ ਆ, ਸੰਬੋਧਨ ਕਰਦੇ ਆ ਜੀ। ਲਾਲ ਕਿਲ੍ਹਾ ਜੇ ਸਹੀ ਮਿਹਨਤ 'ਚ ਆਪਾਂ ਗੱਲ ਕਰੀਏ ਤਾਂ ਸਾਡੀ ਗੈਰਤ ਦਾ ਪ੍ਰਤੀਕ ਹੈ। ਬਿਲਕੁਲ, ਭਾਰਤ ਦੀਆਂ ਦੇ ਗੈਰਤ ਦਾ ਪ੍ਰਤੀਕ ਹੈ। ਭਾਰਤ ਦੇ ਲੋਕ ਇੱਥੇ ਫਖਰ ਕਰਦੇ ਆ। ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਲਾਈਟ ਐਂਡ ਸਾਊਂਡ ਪ੍ਰੋਗਰਾਮ। ਹਾਂਜੀ, ਉਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਜਿਹੜਾ ਹੈਗਾ ਥੋੜ੍ਹੇ ਸਮੇਂ ਦਾ ਪ੍ਰੋਗਰਾਮ ਹੈ, ਅਤੇ ਜੇ ਅਸੀਂ ਉਹ ਪ੍ਰੋਗਰਾਮ ਸੁਣੀਏ ਤਾਂ ਦੇਖੀਏ ਜੀ ਉਹਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਜਿਹੜਾ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਸਾਰੇ ਦਾ ਸਾਰਾ ਸਾਨੂੰ ਚੇਤੇ ਕਰਵਾ ਦਿੱਤਾ ਜਾਂਦਾ ਹੈ। ਨਵੀਂ ਸਰਕਾਰ ਆ ਗਈ ਨਰਿੰਦਰ ਮੋਦੀ ਸਾਹਿਬ ਦੀ, ਕਹਿੰਦੇ ਸੀ ਜੀ ਭਾਰਤੀ ਜਨਤਾ ਪਾਰਟੀ ਇੱਕ ਵੱਖਰੀ ਨਿਆਰੀ ਪਾਰਟੀ ਹੈ ਅਤੇ ਇਹਦੀ ਵੱਖਰੀ ਨਿਆਰੀ ਸੋਚ ਹੈ ਜੀ। ਕਹਿੰਦੇ ਦੂਜੀਆਂ ਰਵਾਇਤੀ ਪਾਰਟੀਆਂ ਵਰਗੀ ਨਹੀਂ, ਵਾਕਈ ਇੱਕ ਵੱਖਰੀ ਨਿਆਰੀ ਸੋਚ ਦਾ ਪ੍ਰਗਟਾਵਾ ਉਹਨਾਂ ਨੇ ਕਰਤਾ। ਲਾਲ ਕਿਲ੍ਹਾ ਜਿਹਨੂੰ ਜਿਹੜਾ ਸਾਡੀ ਵਿਰਾਸਤ ਹੈ, ਜਿਹੜਾ ਸਾਡਾ ਇਤਿਹਾਸ ਸਾਂਭੀ ਬੈਠਾ ਹੈ ਜੀ, ਕਹਿੰਦੇ ਜੀ ਇਹ ਸਾਂਭ ਸੰਭਾਲ ਵਾਸਤੇ ਅਸੀਂ ਦੇਤਾ ਡਾਲਮੀਆਂ ਨੂੰ ਜੀ, 5 ਸਾਲਾਂ ਵਾਸਤੇ ਦੇਤਾ 25 ਕਰੋੜ ਰੁਪਈਆ ਜੀ, ਕਹਿੰਦੇ ਠੇਕੇ 'ਤੇ, ਇੱਕ ਕਿਸਮ ਦਾ ਆਪਾਂ ਕਹਿ ਸਕਦੇ ਠੇਕੇ 'ਤੇ ਦੇਤਾ। ਹਾਂਜੀ, ਕਹਿੰਦੇ ਜੀ ਉਹ ਸਾਂਭ ਸੰਭਾਲ ਕਰਨਗੇ। ਸਾਂਭ ਸੰਭਾਲ ਕਰਕੇ
ਕਿੰਨਾ ਕੁ ਇਹਨੂੰ ਚਮਕਾਉਣਗੇ ਜੀ, ਇਹ ਤਾਂ ਅਜੇ ਤੱਕ ਮੇਰਾ ਖਿਆਲ ਜਿਵੇਂ ਕਹਿੰਦੇ ਹੁੰਦੇ ਨੇ ਪਿੰਡ ਦਾ ਗੀਰਿਆਂ ਤੋਂ ਪਤਾ ਲੱਗ ਜਾਂਦਾ ਵੀ ਗੀਰੇ ਕਿਹੋ ਜਿਹੇ ਹੁੰਦੇ ਆ। ਹੁਣ ਵਾਲੇ ਨੌਜਵਾਨਾਂ ਤਾਂ ਸ਼ਾਇਦ ਗੀਰਿਆਂ ਦਾ ਵੀ ਨਾ ਪਤਾ ਹੋਵੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਪੀੜ੍ਹੀ ਬੈਠੀ ਹੈ, ਪਿੰਡਾਂ ਵਾਲੇ ਭੁੱਲ ਗਏ ਜੀ ਪਿੰਡਾਂ ਦੇ ਪਿੰਡਾਂ। ਚਲੋ ਆਪਾਂ ਦੱਸ ਦਿੰਦੇ ਹਾਂ ਥੋੜ੍ਹਾ ਜਿਹਾ, ਪੁਰਾਣੇ ਜ਼ਮਾਨਿਆਂ ਦੇ ਵਿੱਚ ਲੱਕੜਾਂ ਦੀ ਕਮੀ ਹੁੰਦੀ ਸੀ ਅਤੇ ਉਸ ਵੇਲੇ ਜੇ ਲੋਕਾਂ ਦੇ ਘਰਾਂ 'ਚ ਜਿਹੜੇ ਪਸ਼ੂ ਰੱਖੇ ਹੁੰਦੇ ਸੀ, ਪਸ਼ੂਆਂ ਦੇ ਗੋਹੇ ਤੋਂ ਬੀਬੀਆਂ ਪਾਥੀਆਂ ਪੱਥ ਲੈਂਦੀਆਂ ਜੀ, ਔਰ ਉਹਨਾਂ ਪਾਥੀਆਂ ਨੂੰ ਸੁਕਾ ਲੈਂਦੇ, ਸੁਕਾਉਣ ਤੋਂ ਬਾਅਦ ਫਿਰ ਉਹਨੂੰ ਹਾਰੀਆਂ 'ਚ ਚੁੱਲ੍ਹਿਆਂ 'ਚ ਹਾਰਿਆਂ 'ਚ ਲਾ ਕੇ ਦੁੱਧ ਵਗੈਰਾ ਜਾਂ ਪਸ਼ੂਆਂ ਦਾ ਜਿਹੜਾ ਦਾਲਾਂ ਪੱਠਾ ਹੁੰਦਾ ਸੀ ਉਹਨੂੰ ਪਕਾਉਣਾ ਹੁੰਦਾ, ਉਹਦੇ ਉਹਨੂੰ ਇਸਤੇਮਾਲ ਕਰਦੇ ਹੁੰਦੇ ਸੀ। ਫਿਰ ਜਦੋਂ ਪਾਥੀਆਂ ਜਮ੍ਹਾਂ ਹੋ ਜਾਂਦੀਆਂ ਕਾਫੀ ਸਾਰੀਆਂ, ਉਹਨਾਂ ਨੂੰ ਜਿਵੇਂ ਤੂੜੀ ਦਾ ਆਪਾਂ ਇੱਕ ਕੁੱਪ ਬੰਨਦੇ ਹੁੰਦੇ, ਉਸੇ ਤਰੀਕੇ ਉਹਨਾਂ ਨੂੰ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਬਣਾਇਆ ਜਾਂਦਾ ਤੇ ਉਹਨੂੰ ਗੀਰਾ ਕਹਿ ਦਿੰਦੇ ਜੀ। ਗੀਰੇ ਦੀ ਸਾਂਭ ਸੰਭਾਲ ਕਿਹੋ ਜਿਹੀ ਹੈ, ਗੀਰਾ ਬਣਾਇਆ ਕਿਹੋ ਜਿਹਾ ਹੈ, ਜਦੋਂ ਕਿਸੇ ਪਿੰਡ ਦੇ ਵਿੱਚ ਕੋਈ ਰਾਹੀ ਪਾਂਧੀ ਵੜਦਾ ਤੇ ਉਹ ਪਿੰਡ ਦੀ ਸ਼ਨਾਖਤ ਇਸੇ ਗੱਲ ਤੋਂ ਕਰ ਲੈਂਦਾ ਸੀ ਜੀ ਕਿ ਇਸ ਪਿੰਡ ਦੇ ਵਿੱਚ ਜਿਹੜੀ ਹੈਗੀ ਅਕਲ ਕਿੰਨੀ ਕੁ ਹੈ, ਕਿਉਂਕਿ ਅਕਲ ਆਮ ਤੌਰ ਦੇ ਉੱਤੇ ਜਿਵੇਂ ਕਹਿੰਦੇ ਹੁੰਦੇ ਇਹਨਾਂ ਵੀ ਘਰ ਬੀਬੀਆਂ ਨਾਲ ਤੇ ਜਿਹੜੀ ਹੈਗੀ ਹੈ ਬਾਕੀ ਕੰਮ ਜਿਹੜਾ ਬੰਦਿਆਂ ਨਾਲ ਜੀ, ਬੀਬੀਆਂ ਨੇ ਘਰ ਆਪਦਾ ਸੰਭਾਲਣਾ ਹੁੰਦਾ ਹੈ ਤੇ ਜੇ ਬੀਬੀਆਂ ਦਾ ਸੁਚੱਜ ਗਹੀਰੇ ਤੋਂ ਪਤਾ ਲੱਗ ਜਾਂਦਾ ਵੀ ਗਹੀਰਾ ਕਿੰਨਾ ਵਧੀਆ ਬਣਾਇਆ ਤਾਂ ਉਹ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਵੀ ਪਿੰਡ ਵਧੀਆ ਹੋਊਗਾ, ਤੇ ਜੇ ਗਹੀਰੇ ਦੇ ਵਿੱਚ ਹੀ ਕੁਝ ਚੱਜ ਕੀਤਾ ਪਿਆ ਤਾਂ ਲੱਗ ਜਾਂਦਾ ਪਤਾ ਵੀ ਕਿਹੋ ਜਿਹਾ ਹੋਣਾ ਜੀ। ਸੋ ਜਦੋਂ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆ ਗਈ, ਕਹਿੰਦੇ ਤਾਂ ਸਵਦੇਸ਼ੀ ਸਵਦੇਸ਼ੀ ਸੀ ਪਰ ਉਹ ਸਵਦੇਸ਼ੀ ਤੋਂ ਕਰਕੇ ਇਹਨਾਂ ਨੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਤਾ ਜੀ, ਔਰ ਮੇਕ ਇਨ ਇੰਡੀਆ ਦੇ ਨਾਂ ਦੇ ਥੱਲੇ ਹੋਕਰੇ ਮਾਰੀ ਜਾਂਦੇ ਆ ਵਿਦੇਸ਼ੀਆਂ ਨੂੰ ਵੀ ਆ ਜਾਓ ਤੇ ਆ ਕੇ ਛੇਤੀ ਇੱਥੇ ਤੁਸੀਂ ਆਪਦੀ ਇਨਵੈਸਟਮੈਂਟ ਕਰੋ, ਪੈਸਾ ਲਾਓ ਤੇ ਸਾਡੇ ਮਾਲ ਖਜ਼ਾਨੇ ਜਿਹੜੇ ਦੌਲਤ ਹੈ ਉਹ ਤੁਸੀਂ ਲੁੱਟ ਕੇ ਲਿਆਓ, ਜਿਵੇਂ ਪਹਿਲਾਂ ਅੰਗਰੇਜ਼ ਲੈ ਕੇ ਜਾਂਦੇ ਹੁੰਦੇ ਸੀ। ਤੇ ਨਾਲ ਹੀ ਫਿਰ ਜਿਹੜੀਆਂ ਜਿਹੜੀ ਵਿਰਾਸਤ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜਾ ਪਹਿਲਾ ਰੂਪ ਹੈ, ਜੇ ਵੈਸੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਆਪ 'ਚ ਕੁਛ ਨਹੀਂ, ਇਹ ਆਰ ਐਸ ਐਸ ਦਾ ਇੱਕ ਪੋਲੀਟੀਕਲ ਵਿੰਗ ਹੈ। ਹਾਂਜੀ, ਤੇ ਆਰ ਐਸ ਐਸ ਦੇ ਜਿਹੜਾ ਪੋਲੀਟੀਕਲ ਵਿੰਗ ਹੈ ਇਹਨੇ ਬੜੇ ਰੰਗ ਬਦਲੇ ਆ ਗਿਰਗਿਟ ਵਾਂਗੂ ਜੀ। ਕਿਸੇ ਜ਼ਮਾਨੇ ਦੇ ਵਿੱਚ ਇਹਦਾ ਹਿੰਦੂ ਮਹਾਂਸਭਾ ਚਿਹਰਾ ਹੁੰਦਾ ਸੀ, ਫਿਰ ਜਨਸੰਘ ਬਣ ਗਈ ਸੀ ਔਰ ਫਿਰ ਭਾਰਤੀ ਜਨਤਾ ਪਾਰਟੀ ਬਣ ਗਈ ਸੀ। ਸੋ ਇਹਨਾਂ ਦਾ ਜੰਗੇ ਆਜ਼ਾਦੀ ਦੇ ਨਾਲ ਤਾਂ ਕੋਈ ਵਾਹ ਵਾਸਤਾ ਹੀ ਨਹੀਂ ਰਿਹਾ ਜੀ। ਇਹਨਾਂ ਨੇ ਜੰਗੇ ਆਜ਼ਾਦੀ ਦੀ ਖਾਤਰ ਆਰ ਐਸ ਐਸ ਤੇ ਉਹਦੇ ਬਗਲ ਬੱਚਿਆਂ ਨੇ ਕਦੇ ਵੀ ਕੋਈ ਲੜਾਈ ਨਹੀਂ ਲੜੀ, ਜੇ ਲੜਾਈ ਲੜੀ ਹੈ ਤਾਂ ਦੂਜੀਆਂ ਧਿਰਾਂ ਨੇ ਲੜੀ ਸੀ। ਸੋ ਜਿਹੜਾ ਸਾਡਾ ਲਾਲ ਕਿਲ੍ਹਾ ਹੈ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਇਤਿਹਾਸ ਸਾਂਭੀ ਬੈਠਾ ਹੈ, ਇਹਨਾਂ ਦਾ ਜਿਨ੍ਹਾਂ ਦਾ ਇਤਿਹਾਸ ਹੀ ਹੈ ਨਹੀਂ ਜੀ, ਇਹਨਾਂ ਨੇ ਇਤਿਹਾਸ ਤੋਂ ਲੈਣਾ ਕੀ ਹੈ? ਸੋ ਇਹਨਾਂ ਨੇ ਚੁੱਪ ਕਰਕੇ ਤੇ ਡਾਲਮੀਆਂ ਪਰਿਵਾਰ ਦੇ ਹੋ ਸਪੁਰਦ ਕਰਤਾ। ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਘੁੰਮ ਰਹੀ ਹੈ ਜੀ, ਆਮ ਤੌਰ ਤੇ ਜਿਹੜੀ ਰਵਾਇਤ ਹੈ, ਰਵਾਇਤ ਕੀ ਜਿਹੜਾ ਮੁੱਢ ਕਦੀਮ ਤੋਂ ਤੁਰਿਆ ਆਉਂਦਾ 1947 ਤੋਂ ਲੈ ਕੇ, ਕਿ ਦਿਨ ਚੜ੍ਹਦੇ ਨੂੰ ਜੀ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਤਿਰੰਗਾ ਝੰਡਾ ਲਾਲ ਕਿਲ੍ਹੇ ਤੇ ਲਹਿਰਾਇਆ ਜਾਂਦਾ ਜੀ, ਤੇ ਸੂਰਜ ਦੇ ਛਪਾਹ ਦੇ ਨਾਲ ਹੀ ਉਹਨੂੰ ਲਾ ਲਿਆ ਜਾਂਦਾ, ਔਰ ਸਕਿਉਰਿਟੀ ਫੋਰਸਿਸ ਉਹਦੀ ਰਖਵਾਲੀ ਕਰਦੀਆਂ ਲਾਲ ਕਿਲ੍ਹੇ ਦੀ। ਤੇ ਹੁਣ ਜਿੱਦਾਂ ਦਾ ਡਾਲਮੀਆਂ ਪਰਿਵਾਰ ਨੂੰ ਦਿੱਤਾ ਜੀ, ਸੋਸ਼ਲ ਮੀਡੀਆ ਤੇ ਜਿਹੜੀ ਇੱਕ ਤਸਵੀਰ ਘੁੰਮ ਰਹੀ ਹੈ, ਉਸ ਤਸਵੀਰ ਦੇ ਮੁਤਾਬਕ ਲਾਲ ਕਿਲ੍ਹੇ ਤੋਂ ਤਿਰੰਗਾ ਝੰਡਾ ਗਾਇਬ ਹੈ ਜੀ। ਇਹਦਾ ਮਤਲਬ ਇੱਕ ਤਰੀਕੇ ਦੇ ਨਾਲ ਜੰਗੇ ਆਜ਼ਾਦੀ ਦਾ ਇਤਿਹਾਸ ਹੈ ਜਿਹੜਾ ਉਹਨੂੰ ਖਤਮ ਕੀਤਾ ਜਾ ਰਿਹਾ, ਉਹਨੂੰ ਲਾਂਭੇ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਪਾਠ ਪੁਸਤਕਾਂ ਦਾ ਜੀ, ਕਿ 11ਵੀਂ 12ਵੀਂ ਦੀਆਂ ਜਿਹੜੀਆਂ ਕਿਤਾਬਾਂ ਹੈ ਉਹਨਾਂ ਕਿਤਾਬਾਂ ਦੇ ਵਿੱਚੋਂ ਸਿੱਖ ਇਤਿਹਾਸ ਮਿਟਾਤਾ। ਆਪਾਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ, ਭਾਰਤ ਦੀ ਗੱਲ ਕਰਦੇ ਹਾਂ ਜੀ। ਭਾਰਤ ਦਾ ਜਿਹੜਾ ਸਕੂਲੀ ਤੇ ਕਾਲਜਾਂ ਦਾ ਪਾਠਕ੍ਰਮ ਹੈ, ਉਸ ਪਾਠਕ੍ਰਮ ਦੇ ਵਿੱਚ ਇੰਨੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ
ਕਿ ਜਿਹੜਾ ਇਤਿਹਾਸ ਆ ਉਹ ਸਾਰੇ ਦਾ ਸਾਰਾ ਖਤਮ ਹੋ ਜਾਵੇ, ਅਤੇ ਜਿਹੜਾ ਮਿਥਿਹਾਸ ਹੈ ਜਿਹੜਾ ਕਿਸੇ ਨੇ ਦੇਖਿਆ ਹੀ ਨਹੀਂ, ਜਿਹਦਾ ਕੋਈ ਬਹੁਤਾ ਜ਼ਿਕਰ ਹੀ ਨਹੀਂ ਕਿਤੇ ਆਉਂਦਾ, ਆਪਦੇ ਲਿਹਾਜ਼ ਦੇ ਨਾਲ ਮਿਥਿਹਾਸ ਜਿਹੜਾ ਹੈ ਉਹ ਲਿਖਿਆ ਜਾਵੇ। ਅਤੇ ਮੇਰੇ